ਤੇ ਆਹ ਜੀ ਨੇ ਸਾਡੀਆਂ ਸੋਲਰ ਪਲੇਟਾਂ ਜੀ, ਜਾਂ ਸਟੈਂਡ ਵਗੈਰਾ ਬਣ ਗਿਆ, ਜਾਂ ਪਲੇਟਾਂ ਉੱਤੇ 8 ਪਲੇਟਾਂ ਫਿੱਟ ਆਈਆਂ ਜੀ। ਇਹ ਆ ਗਈ ਜੀ, 2 ਕਿੱਲਿਆਂ ਦੀ ਦੂਰ ਜਾ ਰਹੀ ਹੈ ਜੀ ਤਾਰ। ਉਹ ਪੰਪ ਚੱਲ ਰਿਹਾ ਜੀ ਸਾਹਮਣੇ, ਬੋਰਡ ਚੱਲ ਰਿਹਾ ਜੀ, ਉੱਤੋਂ ਆ ਰਹੀਆਂ ਪਲੇਟਾਂ ਜੀ, 2 ਤਾਰਾਂ ਅੰਦਰ ਜਾ ਰਹੀ, ਇਨਵੇਟਰ 'ਚ ਤਾਰ ਆ ਰਹੀ ਬਾਹਰ। ਚਲੋ ਜੀ ਤੁਹਾਨੂੰ ਦਿਖਾਉਂਦੇ ਹਾਂ ਜੀ, ਅੱਜ ਅਸੀਂ ਖੱਡਾ ਛੱਡਾ ਮਾਰਿਆ। ਆਹ ਜੀ ਸਾਡੀ ਤਾਰ ਜਾ ਰਹੀ ਹੈ, 2 ਕਿੱਲੇ 2.5 ਕਿੱਲਿਆਂ ਦੀ ਤਾਰ ਹੈ ਜੀ। ਅਤੇ ਇਹ ਅਸੀਂ ਥੋੜ੍ਹਾ ਜਿਹਾ ਖੱਡਾ ਮਾਰਿਆ, ਅਸੀਂ ਰੋਟੀ ਛੋਟੀ ਖਾਣ ਚਲੇ ਗਏ ਸੀ। ਇੱਥੋਂ ਕਈਆਂ ਨੇ ਮਾਰਿਆ, ਚੈੱਕ ਕਰੋ ਜੀ ਕਿੰਨੀ ਦੂਰ ਮਾਰਿਆ ਸੀ ਖੱਡਿਆ। ਉਹ ਸਾਹਮਣੇ ਚੱਲਦਾ ਪਿਆ ਜੀ ਸਾਡਾ ਬੋਰ, ਸੁਬਾਹ ਦੇ ਲੱਗੇ ਹੋਏ ਆ ਜੀ, ਅਸੀਂ ਕਰਕੇ ਛੱਡਿਆ। ਅਸੀਂ ਕਹਿੰਦਾ ਜਿਹੜਾ ਕੰਮ ਕਰਨਾ ਹੈ ਨਾ ਉਹਨੂੰ ਕਰਕੇ ਹੀ ਛੱਡਣਾ। ਉਦੋਂ ਅਸੀਂ ਕਰ ਲਿਆ, ਨਾਤੇ ਛਾਤੇ ਹਾਂ ਥੱਲੇ, ਬੜਾ ਹੀ ਸਵਾਦ ਆਇਆ, ਠੰਡਾ ਠੰਡਾ ਪਾਣੀ ਸੀ। ਐਸੀ ਇਹ ਚਾਚੂ ਦੇ ਨਾਲ ਕਹਿੰਦਾ ਕਿ ਭਰੀਆਂ ਪਈਆਂ, ਕਈਆਂ ਨੇ ਸਾਰਾ ਕੀਤਾ, ਕੋਈ ਕਜ਼ਨ ਮਜ਼ਰਾਂ ਨੂੰ ਲਾਇਆ ਹੋਇਆ ਸੀ ਨਾਲ, ਕੋਈ ਉਹਨਾਂ ਹੱਥ ਪੱਲਾ ਪਵਾਇਆ ਸੀ, ਅਤੇ ਫਿਰ ਉਹਨਾਂ ਦੀ ਮਦਦ ਤਹਿਤ ਅਸੀਂ ਇਹ ਤੱਕ ਪਹੁੰਚ ਗਏ ਹਾਂ। ਅਤੇ ਸ਼ਾਮ ਹੋ ਗਈ ਹੈ ਜੀ, ਅਤੇ ਹਜੇ ਸਾਡਾ ਬੋਰ ਚੱਲੀ ਜਾਂਦਾ। ਚੈੱਕ ਕਰੋ ਜੀ, ਆਹ ਚੱਲ ਰਿਹਾ, ਘਰ ਤੋਂ ਕਿੰਨੀ ਦੂਰ ਹੈ, ਉਹ ਸਾਹਮਣੇ ਪਲੇਟਾਂ ਦਾ ਸਟੈਂਡ ਹੈ, ਉਹ ਚੈੱਕ ਕਰੋ ਜੀ। ਅਤੇ ਆਹ ਵੇਖੋ ਜੀ ਚੱਲਦਾ ਪਿਆ, ਸੂਰਜ ਵੀ ਗਰੂਬ ਹੁੰਦਾ ਪਿਆ, 5 ਵਜੇ ਨੇ। ਪਾਣੀ ਚੈੱਕ ਕਰੋ ਜੀ ਕਿੰਨਾ ਦੇ ਰਿਹਾ ਭਰ ਕੇ, ਇਹ ਹੈਗਾ ਜੀ 4-5 ਦਾ ਪੱਖਾ, ਅਤੇ 4-5 ਦੀ ਹੈ ਡਿਲੀਵਰੀ। ਚੈੱਕ ਕਰੋ, ਪਾਣੀ ਘੱਟ ਗਿਆ, ਸ਼ਾਮ ਹੋ ਰਹੀ ਹੈ। ਚੈੱਕ ਕਰੋ ਜੀ, ਚੈੱਕ ਇੱਧਰ ਪਨੀਰ ਸ਼ਨੀਰ ਬੀਜੀ ਹੋਈ ਤਾਈਆਂ ਵਾਸਤੇ, ਫੋਰੀ ਕਣਕ ਕੱਢ ਕੇ ਤਾਈ ਲਾ ਦੇਣੇ ਨੇ। ਇਹ ਅੱਜ ਫਿੱਟ ਕੀਤੀ ਹੈ, ਫਿਟਿੰਗ ਵਾਲਾ ਬੰਦਾ ਆਇਆ ਸੀ। ਇੱਥੋਂ ਪਾਣੀ ਸ਼ਾਣੀ ਲੀਕ ਹੁੰਦਾ ਪਿਆ ਥੋੜ੍ਹਾ ਜਿਹਾ, ਇੱਥੋਂ ਹੋ ਰਿਹਾ, ਕਿਉਂਕਿ ਜਿਹੜੀ ਆਹ ਹੈ ਨਾ 4-5 ਦੀ ਡਿਲੀਵਰੀ, ਇਹ ਹੈਗੀ ਛੋਟੀ, ਉੱਤੇ ਚੜਾਈ ਹੋਈ ਹੈ, 6-7 ਦੀ ਡਿਲੀਵਰੀ ਉੱਤੇ ਚੜਾਈ ਹੋਈ ਹੈ। ਇਹ ਅੱਗੇ ਤੱਕ ਜਾ ਰਿਹਾ ਜੀ ਪਾਣੀ, ਇੱਥੇ ਬਣਾਵਾਂਗੇ ਇੱਥੇ ਪੱਕਾ ਖੱਡਾ, ਜਿੱਥੇ ਪਾਣੀ ਸ਼ਾਣੀ ਹੋਇਆ ਕਰੇਗਾ, ਅਤੇ ਬੰਦਾ ਜਦੋਂ ਬੋਰ ਨਹੀਂ ਵੀ ਚੱਲਦਾ ਵਿੱਚ ਡਿਲੀਵਰੀ 'ਚ ਪਾਣੀ ਪਾ ਕੇ ਫੁੱਲ ਡਿਲੀਵਰੀ ਚੱਕ ਲਿਆ ਕਰੀ ਪਾਣੀ। ਇਹ ਜੀ ਪਨੀਰੀ ਹੈ, ਇਹ ਹੈ 5 ਕੁ ਮਰਲੇ ਬੀਜੀ ਹੋਈ ਹੈ, ਪਾਣੀ ਸ਼ਾਹੀ ਬੀਜ ਦੇਣੇ, ਪਾਣੀ ਸ਼ਾਣੀ ਘੱਟ ਗਿਆ, ਸ਼ਾਮ ਦਾ ਟਾਈਮ ਹੋ ਗਿਆ ਜੀ। ਚੈੱਕ ਕਰੋ, ਠੀਕ ਚੈੱਕ ਕਰਨੇ ਆ, ਮਿੱਠਾ ਮਿੱਠਾ ਹੈ, ਥੋੜ੍ਹਾ ਥੋੜ੍ਹਾ ਕੌੜਾ ਹੋ ਜਾਏਗਾ ਸਹੀ। ਇਹਦੇ 2 ਘੰਟੇ ਵੀ ਨਹੀਂ ਹੋਏ ਚਲਾਏ ਨੂੰ, ਜੋ ਫਿਟਿੰਗ ਵਾਲਾ ਬੰਦਾ ਆਇਆ ਸੀ ਨਾ, ਫਿਰ ਥੋੜ੍ਹੀ 2 ਘੰਟੇ ਪਹਿਲੇ ਹੁਣ ਫਿਟਿੰਗ ਕੀਤੀ, ਫਿਰ ਚੱਲਿਆ। ਜਿਵੇਂ ਜਿਵੇਂ ਚੱਲਦਾ ਜਾਏਗਾ ਮਿੱਠਾ ਮਿੱਠਾ ਪਾਣੀ ਹੁੰਦਾ ਜਾਏਗਾ, ਸਾਫ਼ ਸਾਫ਼ ਹੁੰਦਾ ਜਾਏਗਾ, ਰੇਤ ਵੀ ਸਾਫ਼ ਹੁੰਦਾ ਜਾਏਗਾ। ਲੋ ਬੋਰ ਕੀਤਾ ਹੋਇਆ, ਪੱਖਾ ਪਾਣੀ ਛੱਡੇਗਾ ਵੀ ਨਹੀਂ ਪੱਖਾ। ਚੈੱਕ ਕਰੋ, ਇੱਥੋਂ ਕਿਉਂ ਵਗ ਰਿਹਾ ਪਾਣੀ ਯਾਰ? ਸੋਲਰ ਇਸ ਵਾਸਤੇ ਲਵਾਇਆ ਸੀ ਕਿਉਂਕਿ ਗਰਮੀਆਂ 'ਚ ਪਾਣੀ ਦੀ ਕਿੱਲਤ ਬੜੀ ਹੀ ਜ਼ਿਆਦਾ ਹੁੰਦੀ ਹੈ, ਅਤੇ ਆਹਦਾ ਸੋਲਰ ਲੱਗੇ, ਦਿਨ ਰਾਤ ਚਲਾਓ, ਰਾਤ ਨੂੰ ਘਰ ਦੀ ਬਿਜਲੀ ਬਣਾਓ, ਘਰ ਦਾ ਇਨਵੇਟਰ ਵੱਖਰਾ ਲੈਣਾ ਪੈਣਾ, 2 ਪਲੇਟਾਂ ਵਧਾਉਣੀਆਂ, 8 ਪਲੇਟਾਂ ਦਾ ਜੀ ਸਾਡਾ ਲੱਗਿਆ ਜੀ ਸੋਲਰ, ਅਤੇ ਇਹ 4-5 ਦੀ ਮੋਟਰ ਹੈ, ਤਾਂ ਅੱਗੇ ਪਿੱਛੇ ਮੋਟਰ ਹੈ, ਤਾਂ ਅੱਗੇ ਪੱਖਾ।
ਤਾਂ ਕਰਕੇ ਅਸੀਂ ਕਿਰਾਇਆ ਬਹੁਤ ਇੱਕ ਵਾਰੀ ਕੋਲਾ ਗੁੱਟ ਭਰ ਲਈਏ 7-8 ਲੱਖ ਰੁਪਏ ਜਿਹੜਾ ਲਾ ਲਈਏ ਅਤੇ ਗਰਮੀਆਂ 'ਚ ਪਾਣੀ ਕਿਹਦੇ ਕੋਲ ਮੰਗਣਾ ਪੈਂਦਾ ਸੀ, ਕਿਹਦੇ ਕੋਲ ਧਾਈਆਂ ਵਾਰੀ ਛੱਡਣਾ ਪੈਂਦਾ ਸੀ, ਹੁਣ ਆਧਾ ਪਾਣੀ ਹੋਏਗਾ ਗਰਮੀਆਂ 'ਚ, ਜਿਵੇਂ ਮਰਜ਼ੀ ਲਾਓ, ਜਿਹੜੀ ਵਾਰਿਸ਼ ਆ ਰਹੀ ਹੋਵੇਗੀ ਉਹ ਵੀ ਲਾ ਲਿਆ। ਸਰਦੀਆਂ ਨੇ ਇੰਨੀ ਕਿੱਲਤ ਨਹੀਂ ਹੁੰਦੀ ਪਾਣੀ ਦੀ, ਸਰਦੀਆਂ ਨੂੰ ਘੱਟ ਹੀ ਹੁੰਦੀ ਹੈ। ਇਹ ਘਰ ਦੀ ਬਿਜਲੀ ਬਣਾਵਾਂਗੇ ਇਨਸ਼ਾਅੱਲਾ, ਅਤੇ ਇਹ ਚਾਲੂ ਹੋ ਗਿਆ ਅਤੇ ਕਜ਼ਨਾਂ ਨੇ ਲਾਇਆ ਆਪਦੇ ਅੰਗੂਰਾਂ ਨੂੰ ਪਾਣੀ ਸ਼ਾਣੀ ਲਾਇਆ। ਜ਼ੈਨ ਤੁਹਾਡੇ ਕਿੰਨੇ ਕੁ ਹੋਏ ਨੇ ਅੰਗੂਰ? ਇਸ ਤੋਂ ਬਾਅਦ ਬਰਸੇਮ ਭਰਾਵਾਂਗੇ ਅਸੀਂ, ਸਾਡੀ ਬਰਸੇਮ ਹੀ ਸਿਰ ਸੱਟੀ ਜਾਂਦੀ ਥੱਲੇ, ਉਹ ਚਾਚੂ ਸਾਹਮਣੇ ਕਣਕ ਵਢਾ ਰਿਹਾ ਜੀ। ਬਰੀਆਂ ਇਹ ਸਾਡੀਆਂ ਪਈਆਂ ਬਰੀਆਂ, ਉੱਪਰਲੀ ਕਜ਼ਨਾਂ ਦੀ ਹੈ, ਚਾਚੂ ਨੇ ਵਢਾਈ ਕਣਕ, ਅਤੇ ਪਨੀਰੀ ਸ਼ਨੀਰੀ ਵੀ ਛੋਟੀ ਛੋਟੀ ਹੈਗੀ ਹੈ, ਅਤੇ ਇੱਧਰ ਵੀ ਛੋਟੀ ਛੋਟੀ ਹੈਗੀ ਹੈ। ਪਹਿਲੇ ਬੀਜੀ ਸੀ ਕਿਉਂਕਿ ਸਰਦੀਆਂ 'ਚ ਬੀਜੀ ਸੀ, ਜਨਵਰੀ 'ਚ ਬੀਜੀ ਸੀ, ਹਾਂ ਜਨਵਰੀ 'ਚ, ਤਾਂ ਉਦੋਂ ਨਾ ਜ਼ਮੀਨ ਗਿੱਲੀ ਸੀਗੀ ਤੋ ਹੋਈ ਨਹੀਂ, ਸੜ ਗਈ ਸੀ, ਫਿਰ ਦੁਬਾਰਾ ਬੀਜੀ ਹੈ। ਉਹ ਇਸ ਤੋਂ ਪਹਿਲੇ ਉਹ ਬੀਜੀ ਉਹ ਵੱਡੀ ਵੱਡੀ, ਹੁਣ ਜਿਵੇਂ ਖਾਦ ਪਾਉਂਦੇ ਜਾਵਾਂ ਪਾਣੀ ਲਾਉਂਦੇ ਜਾਵਾਂਗੇ ਤੋ ਹੋਰ ਮਹੀਨੇ ਤੋਂ ਪਹਿਲੇ ਤਿਆਰ ਹੋ ਜਾਏਗੀ, ਫਿਰ ਕੱਲ੍ਹ ਤੱਕ ਕਣਕ ਨਿਕਲ ਜਾਏਗੀ, ਧੜ ਛੜ ਲਾਈ ਜਾਏਗੀ, ਪਹਿਲੇ ਉੱਥੇ ਧੜ ਲੱਗੀ ਸੀ, ਫਿਰ ਇੱਥੇ ਲਵਾਵਾਂਗੇ ਨੇੜੇ ਕਰਕੇ ਇੱਥੇ ਲਵਾਵਾਂਗੇ। ਈਦ ਦਾ ਅਜੇ ਹੈਗਾ ਜੀ ਦੂਸਰਾ ਦਿਨ ਕੰਮ ਸ਼ਾਮ, ਈਦ ਵਾਲਾ ਦਿਨ ਵੀ ਅਸੀਂ ਕਿਸਾਨਾਂ ਨੂੰ ਕੋਈ ਈਦ ਵਾਲੇ ਦਿਨ ਵੀ ਨਹੀਂ ਛੁੱਟੀ ਹੁੰਦੀ ਹੁੰਦੀ, ਵਿਲੇਜ ਲਾਈਫ ਵਾਲੇ ਜਿਹੜੇ ਵਿਲੇਜ ਲਾਈਫ ਹੀ ਹੈ। ਆਪਣਾ ਮਾਹੌਲ ਹੈ ਚੈੱਕ ਕਰੋ ਜੀ, ਕੈਸਾ ਸਕੂਨ ਬਣਾਇਆ ਹੋਇਆ, ਕੈਸਾ ਮਾਹੌਲ ਹੈ ਦੇਖੋ, ਸਾਰੇ ਪਾਸੇ ਹਰਿਆਲੀ ਹਰਿਆਲੀ, ਵਾਂਡਾ ਫਾਂਡੀ ਹੋਈ ਜਾਂਦੀ ਹਰ ਪਾਸੇ ਹੀ, ਚੈੱਕ ਕਰੋ ਜੀ, ਜਿਵੇਂ ਮਰਜ਼ੀ ਤੂੰ ਘੁੰਮੋ। ਨਹੀਂ ਨਹੀਂ ਮਿਹਰਬਾਨੀ, ਜੇ ਮਰਜ਼ੀ ਇੱਥੇ ਘੁੰਮੋ, ਕੋਈ ਇੱਥੇ ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ, ਸਕੂਨ, ਅੰਦਰੂਨੀ ਸਕੂਨ। ਓਏ ਪੰਡਾ ਉੱਤੇ ਨਾ ਚੜੋ, ਪੰਡਾ ਖੁੱਲ੍ਹ ਜਾਣੀ ਹੈ, ਇਹਨਾਂ ਨੇ ਐਵੇਂ ਬੰਨੀਆਂ ਵੇਖੀ, ਪੰਡਾ ਵੇਖ ਕਿਵੇਂ ਬੰਨੀ ਇਹਨਾਂ ਨੇ, ਖੁੱਲ੍ਹ ਜਾਣੀ ਹੈ, ਵੇਖ ਨਾ ਸੁਬੜੇ ਕਿਵੇਂ ਬੰਨੇ ਨੇ, ਹੁਣ ਚਾਹਣ ਲੱਗੇ ਸੁਬੜੇ ਟੁੱਟ ਜਾਣੇ ਨੇ, ਸੁਬੜੇ ਨਹੀਂ ਸਹੀ ਤਰ੍ਹਾਂ ਵੇਖ ਹੀ ਬੇਹ ਹੀ ਨਹੀਂ ਖਾਲੇ 'ਚ। ਹਾਂ ਸੁਬਾ ਇਨਸ਼ਾਅੱਲਾ ਆਪਣੀ ਕਰੈਕਸ਼ਨ ਅੱਗੇ ਨਿਕਲ ਜਾਵੇਗੀ, ਫਿਰ ਸ਼ੇਰਾ ਹੋਰੀ ਵਾਹ ਵੂ ਕੇ ਤਾਈਆਂ ਦੀ ਤਿਆਰੀ ਸ਼ਿਆਰੀ ਕਰ ਦੇਣੀ ਹੈ, ਅਤੇ ਤਾਈਆਂ ਦੀ ਜ਼ਮੀਨ ਸ਼ਮੀਨ ਬਣਾ ਕੇ ਰੱਖ ਦੇਣੀ ਹੈ, ਫੁੱਲ ਤਿਆਰੀ ਸ਼ਿਆਰੀ ਹੋਈ ਪਈ ਹੈ, ਬਸ ਦੋ ਧੁੱਪ ਇੱਕ ਧੁੱਪ ਅੱਜ ਦੀ ਅਤੇ ਕੱਲ੍ਹ ਦੀ ਲੱਗ ਜਾਏਗੀ ਇਨਸ਼ਾਅੱਲਾ, ਕੱਲ੍ਹ ਜਾਂ ਪਰਸੋਂ ਨਿਕਲ ਜਾਏਗੀ ਕਣਕ। ਹਾਂ ਸ਼ਾਬਾ, ਟੱਪ ਕੇ ਵਹਾਓ, ਟੱਪ ਕੇ ਵਹਾਓ। ਇਸ ਉਮਰ ਦੇ ਅਸੀਂ ਨਾ ਨਿੱਕੀ ਨਿੱਕੀ ਅਸੀਂ ਸ਼ਤੂਤਾਂ ਦੀ ਨਾ ਬੰਦੂਕ ਸੰਦੂਕ ਬਣਾ ਕੇ ਸ਼ਤੂਤ ਦੇ ਹਾਂ, ਅਸੀਂ ਖੇਡਣਾ ਹੋਣਾ, ਦੋ ਜਣੇ ਇੱਥੇ ਲੁਕ ਜਾਣੇ, ਇੱਕ ਜਣਾ ਉੱਥੇ ਲੈ ਜਾਣਾ, ਦੋ ਜਣੇ ਉਹ ਉੱਤਪਰਾ ਚਲੇ ਜਾਣੇ, ਪੰਜ ਜਣੇ ਇੱਧਰ ਲੁਕ ਜਾਣੇ, ਨਿੱਕੇ ਨਿੱਕੇ ਅਸੀਂ ਖੇਡਦੇ ਹੁੰਦੇ ਸੀ, ਨਿਕਲ ਕੇ ਬਰੀਆਂ ਥੋੜ੍ਹਾ ਨਾ ਇੱਕ ਦਿਨ ਫੈਰ ਮਾਰਦੇ ਸੀ, ਐਵੇਂ ਨਿੱਕੇ ਨਿੱਕੇ ਜਿਵੇਂ ਹੁੰਦੇ ਸੀ, ਹੁਣ ਇਹ ਸਾਡੇ ਤਰ੍ਹਾਂ ਇਹ ਵੀ ਖੇਡਦੇ ਨੇ ਛੋਟੇ ਛੋਟੇ, ਬੜਾ ਮਜ਼ਾ ਆਉਂਦਾ ਹੁੰਦਾ ਸੀ ਯਾਰ ਬੜਾ, ਹੁਣ ਤਾਂ ਵੱਡੇ ਛੱਡੇ ਹੋ ਗਏ ਆ, ਦਾੜੀ ਛੜੀ ਆ ਗਈ, ਹੁਣ ਤਾਂ ਕਮਾਉਣ ਵਾਲੇ ਹੋ ਗਏ, ਤਾਂ ਹੁਣ ਬਾਹਰ ਚਲੇ ਗਏ ਹਾਂ, ਦੁਨੀਆਦਾਰੀ ਦਾ ਬਾਹਰ ਜਾ ਕੇ ਪਤਾ ਚੱਲਦਾ ਹੁੰਦਾ, ਹੁਣ ਸਾਡੀ ਖੇਡਣ ਦੀ ਉਮਰ ਚਲੀ ਗਈ ਹੈ, ਹੁਣ ਸਾਡੀ ਹੈਗੀ ਉਮਰ ਕਮਾਉਣ ਦੀ, ਹੁਣ ਅਸੀਂ ਕਮਾਉਣਾ, ਅਤੇ ਚਾਚੂ ਦੀ ਕਣਕ ਸ਼ਰੰਗ ਵੱਢ ਰਹੀ ਗਈ, ਇਹਨੂੰ ਧੁੱਪ ਛੁੱਪ ਲੱਗੇ ਗਈ, ਅਤੇ ਫਿਰ ਇਹਨੂੰ ਬਰੀਆਂ ਬੰਨੀਆਂ ਜਾਣਗੀਆਂ, ਚਲੀਏ, ਸ਼ਾਮ ਦਾ ਟਾਈਮ ਵੀ ਹੋ ਗਿਆ ਅਤੇ ਪਾਣੀ ਗੜਦਾ ਜਾਏਗਾ, ਸਾਹਮਣੇ ਪਲੇਟਾਂ 'ਤੇ ਚੈੱਕ ਕਰੋ, ਇੰਨੀ ਦੂਰੋਂ ਆ ਰਹੀ ਤਾਰ, ਉਹ ਸਿੱਧੀ ਪੂਰੀ ਹੋ ਜਾਵੇ ਤਾਂ
ਜ਼ਿਆਦਾ ਜ਼ੋਰ ਨਾ ਲਾਓ ਇਹਦੇ 'ਤੇ, ਉਹ ਡਿੱਗ ਜਾਣੀ ਹੈ। ਉਹ ਐਵੇਂ ਲਾਈ ਟੇਢੀ ਲਾਈ ਥੰਬੀ। ਹਾਂ ਥੋੜ੍ਹਾ ਸੀ ਡਿਲੀਵਰੀ ਬਾਹਰੀ ਹੈ, ਪਾਣੀ ਦਾ ਵਜ਼ਨ ਵੀ ਡਿੱਗ ਨਾ ਜਾਏ। ਸਾਰਾ ਸ਼ਾਲਾ ਫੁੱਲ ਤੁੰਨ ਕੇ ਦੇ ਰਿਹਾ ਜੀ, ਚੈੱਕ ਕਰੋ। 4-5 ਦਾ ਪੱਖਾ, 4-5 ਡਿਲੀਵਰੀ ਹੈ, ਚੈੱਕ ਕਰੋ ਜੀ। ਜਿਵੇਂ ਜਿਵੇਂ ਅੱਜ ਤਾਂ ਹੈਗਾ ਸੀ ਝਾੜ ਅਤੇ ਗਰਮੀ ਹੋਵੇ, ਫੁੱਲ ਬੱਦਲ ਸਾਫ਼ ਹੋਵੇ, ਫਿਰ ਤੁੰਨ ਕੇ ਦੇਗਾ ਪਾਣੀ। ਕਮਾਲ ਹੋ ਜਾਣੀ, ਮੈਂ ਕਹਿੰਦਾ ਕਮਾਲ। ਚਲੋ ਆਓ ਚਲੀਏ, ਲੱਗਾ ਰਹਿਣ ਦਾ ਪਾਣੀ। ਹੁਣ ਟੈਂਸ਼ਨ ਖਤਮ ਹੋ ਗਈ ਬਈ, ਪਾਣੀ ਲਾਉਣਾ ਫਸਲਾਂ ਨੂੰ, ਪਾਣੀ ਲਾਉਣਾ, ਟੋਕ ਸ਼ੋਕ ਲਾਓ ਜਾ ਕੇ ਅਤੇ ਉਹਨੂੰ ਲਾਉਣਾ ਪਾਣੀ। ਹੁਣ ਤਾਂ ਕੋਈ ਮਸਲਾ ਨਹੀਂ, ਬੋਰ ਸ਼ੋਰ ਚਲਾ ਦਿਉ, ਨਾ ਟੁੱਟੇਗਾ ਪਾਣੀ, ਨਾ ਉੱਧਰ ਜਾਏਗਾ, ਨਾ ਉੱਧਰ। ਟੈਂਪ ਸ਼ੈਂਪ ਲਾ ਦਿਉ। ਹੁਣ ਛਾਪਰ ਲੈ ਆਉਣਾ 2 ਕਿਲੇ ਲਾ ਦਿੱਤਾ ਪਾਣੀ, ਛਾਪਰ ਸਾੜ ਜੇ ਤਾਂ ਉੱਧਰ ਲੱਗ ਗਿਆ ਪਾਣੀ, ਇੱਧਰ ਨੂੰ ਸੱਟਿਆ ਤਾਂ ਇੱਧਰ ਲੱਗ ਗਿਆ ਪਾਣੀ। ਹੁਣ ਤਾਂ ਕੋਈ ਮਸਲਾ ਹੀ ਨਹੀਂ, ਮੁੱਘ ਸ਼ੋਗਾ ਨਹੀਂ ਬੰਦ ਕਰਨਾ ਪੈਣਾ, ਨਾ ਟੋਕ ਸ਼ੋਕ ਲਾਉਣੇ ਪੈਣੇ। ਐਂ ਸਕੂਨ ਹੋ ਗਈ ਜੱਟਾਂ ਦੀ। ਹੁਣ ਜੱਟ ਵਾਰੀ ਲਾਉਣਗੇ ਤਾਂ ਹੀ ਸ਼ਾਈ, 2 ਵਜੇ ਤਾਂ ਹੀ ਪਕਾਵਾਂਗੇ ਸਕੂਨ ਨਾਲ। ਪਿਛਲੀ ਵਾਰੀ ਤਾਈਆਂ ਦਾ ਪਾਣੀ ਨਹੀਂ ਹੋਇਆ ਸੀ ਪੂਰਾ, ਅਤੇ ਤਾਈਆਂ ਦਾ ਦੁੱਧ ਸੁੱਕ ਗਿਆ ਸੀ ਵਿੱਚ, ਕਾਫੀ ਤਾਈ ਜ਼ਾਇਆ ਹੁੰਦੇ ਨੇ ਕਿਉਂਕਿ ਪਾਣੀ ਨਾ ਹੋਵੇ ਨਾ ਪੂਰਾ, ਅਤੇ ਤਾਈਆਂ ਦਾ ਜਿਹੜਾ ਦੁੱਧ ਹੁਣ ਸੁੱਕ ਜਾਂਦਾ, ਫਿਰ ਉਹ ਤਾਈ ਪੂਰਾ ਚਾਵਲ ਨਹੀਂ ਬਣਦਾ, ਤਾਂ ਕਰਕੇ ਅਸੀਂ ਪਾਣੀ ਪਿੱਛੇ ਬੜਾ ਤੰਗ ਹੋਇਆ ਸੀ। ਇਸ ਵਜ੍ਹਾ ਸੋਲਰ ਲਵਾ ਰਹੇ, ਇਹਨਾਂ ਨੇ ਲਵਾਇਆ ਸੋਲਰ ਜੈਨਰਲ ਨੇ, ਲੈਣ ਤੁਸੀਂ ਲਵਾਇਆ ਨਾ। ਅੱਜ ਦਾ ਵੀ ਲੋਕ ਕਰਨੇ ਐਂਡ, ਅੱਲਾ ਹਾਫਿਜ਼।